मेरी बोहरिया को तनिया नो ले राख्यो राम जनिया नो। मेरी बोहरिया को तनिया नो, जेडी मेरी बुद्धि थी ना, बोहरिया बुद्धि नु कहंदे, अकल सी कि तनिया नो रख्या सी। तनिया धन धन कमाउण वाली बुद्धि की कमाउंदी है संसारी धन। भाई लोग उन्हें पढ़ाइया करते हैं कहदे वास्ते, संसारी पैसे वास्ते, विद्वान कहदे वास्ते तुरे फिरदे ने संसार। धनिया धन कमाउण वाली संसारी पैसा एदा संसार ने धनिया नो रखे, क्यों? धन दौलत कमाउंदी है ना बुद्धि, धन दौलत कमाउण वाली बुद्धि ही है ना। मेरी बोरिया को धनिया नो, धनिया नो संसारी नो, इनू धनिया, पर मैं एदा नो बदलता। ले रखियो राम जनिया नो, मैं होर नो बदल लिया अपना, राम जनिया रखदा, राम नु जन्म देने वाली कुछ लिया, मैं एदा नो बदल लिया। एक ककई तो कसलिया बदल लिया, ककई की दे रही है? संसारी राज दे रही है भरत नु, अपने मुंडे नु। धनिया ना कुछ लिया, राम नु जन्म दे रही है। मैं बदल लिया नो, मैं नहीं धनिया रखिया है। संसारी धन वास्ते मैं हुण इहदा इस्तेमाल नहीं कर रहा। बुद्धि दा कहण दा मतलब उहदा इह है, मैं इस अपनी अकल दा संसारी धन दी प्राप्ति वास्ते नहीं कर रहा। पर संत तां सारी गल है, विद्वान तां सारी गल है। ले रखियो राम जनिया नू, राम नू जन्म देना ने। सब घट राम बोले, जरा बोलता राम उस जन्म होना। राम जनिया ना मैं बदल लिया, राम नू जन्म दे हुण तू। सहज उधर सहज अवस्था चो के राम नू जन्म दे हुण तू, उधर बिच तेरे राम है नू जन्म दे। टिके टिको है तो उगवै, राम एक हो गया ना हुण, ਇਹਦਾ ਜਨਮ ਹੋਣਾ ਚਾਹੀਦਾ। ਰਾਮ ਜਨੀਆਂ ਨੂੰ, ਇਨ ਮੁੰਡੀਆਂ ਨੂੰ ਮੇਰਾ ਘਰ ਧੁੰਦਰਾਵਾ। ਆਹ ਜਿਹੜੇ ਸਾਧ ਨੇ ਦੂਏ ਸਰ ਮੁੰਡੇ, ਇਹਨਾਂ ਨੇ ਤਾਂ ਮੈਨੂੰ ਸਾਰਿਆਂ ਨੇ ਭਰਮ ਚ ਪਾ ਦਿੱਤਾ ਸੀ, ਮੇਰਾ ਸਾਰਾ ਹਿਰਦਾ ਧੂਆ ਧਾਰ ਕਰਤਾ ਸੀ ਇਹਨਾਂ ਨੇ। ਹੋਰੇ ਹੋਰ ਕਹਾਣੀਆਂ ਸੁਣਾ ਕੇ, ਚਿਤਰਕੂਟ ਦੇ ਘਾਟ ਤੇ ਰਾਮ ਚੰਦਰ ਮਿਲਿਆ ਜੀ, ਉਹ ਮਿਲਿਆ, ਫਲਾਨਾ ਮਿਲਿਆ, ਇੰਨੀਆਂ ਸਾਖੀਆਂ ਸੁਣਾ ਕੇ ਮੇਰਾ ਸਾਰਾ ਹਿਰਦਾ ਧੂਆਂ ਦਾ ਭਰਮ ਚ ਪਾਇਆ ਹੋਇਆ ਸੀ, ਮੈਨੂੰ ਘਰ ਧੁੰਦਰਾਵਾ ਧੂਆ ਧਾਰ ਕੀਤਾ ਸੀ, ਅੰਦਰ ਕੋਈ ਦਿਸਦਾ ਹੀ ਨਹੀਂ ਸੀ ਮੈਨੂੰ। ਮੇਰੇ ਘਰ ਤੋਂ ਤਰਾਵਾ ਕਰ, ਆਰਾਮ ਅੰਦਰ ਬੈਠਾ, ਅੰਦਰ ਧੂਆਂ ਕਰਦਾ, ਬਾਹਰ ਚੜ੍ਹਦਾ ਫਿਰਦਾ, ਅਤੇ ਧੂਆਂ 'ਚ ਵੜਿਆ ਨਾ ਜਾਵੇ। ਧੂਆਂ ਹੋਵੇ ਘਰ ਛੱਡ ਕੇ ਬਾਹਰ ਨਿਕਲ ਜਾਈਦਾ। ਇਹਨੂੰ ਮੁੰਡੀਆਂ ਨੇ ਮੇਰਾ ਘਰ ਤੋਂ ਧੂਆਂ ਨਿਕਲ ਜਾਵੇ, ਫਿਰ ਵੜਾਂਗੇ। ਹੁਣ ਬਿਟਵੇ ਰਾਮ ਰਮਊਆ ਲਾਵਾ, ਆ ਜਿਹੜਾ ਮਨ ਸੀਗਾ ਇਹ ਕੀ ਕਰਦਾ ਸੀ, ਬਿਟਵਾ ਰਾਮ 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 ਆਹ ਰਾਮ ਰਮੂਗਾ, ਕਹਿੰਦਾ ਰਾਮ ਰਾਮ ਜਪਿਆ, ਰਾਮ ਰਾਮ ਕਰਾਈ ਜਾਂਦੇ ਤੇ ਵਾਲਾ ਫਿਰਾਈ ਜਾਂਦੇ ਤੇ, ਇਹਨੇ ਰਾਮ ਰਮੂਗਾ ਲਾਇਆ ਹੋਇਆ ਤਾਂ। ਉਹ ਜਿਹੜਾ ਰਾਮ ਹੈ ਉਹ ਰਮਊਆ ਹੀ ਆ, ਉਹ ਰਮਊਆ ਜਿਹੜਾ ਰਾਮ ਇਹ ਪੜ੍ਹਾਉਂਦੇ ਨੇ ਉਹ ਰਮੂਗਾ, ਇਹਨੇ ਰਾਮ ਰਮੂਗਾ ਲਾਇਆ ਹੋਇਆ ਤਾਂ। ਪੰਡਤਾ ਕਵਣ ਕੁਮਤ ਤੁਮ ਲਾਗੈ, ਬੂਡੋ ਕੇ ਪਰਵਾਰ ਸਕਲ ਸਾਂ, ਨਾਮ ਨਾ ਜਪੋ ਅਭਾਗੇ, ਰਾਮ ਨਾ ਜਪੋ ਅਭਾਗੇ। ਪਰ ਪੰਡਤ ਜਾ ਪੰਡਤਾ ਰਾਮ ਰਮੂਆ ਲਾਇਆ ਤਾਂ ਰਾਮ ਜਪ ਨਹੀਂ ਸੀ ਰਿਹਾ। ਰਾਮ ਜਪਣਾ ਹੋਰ ਗੱਲ ਹੈ, ਰਾਮ ਰਮੂਆ ਲਾਉਣਾ, ਰਾਮ ਰਾਮ ਕਰਨਾ ਹੋਰ ਗੱਲ ਹੈ। ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ, ਰਾਮ ਨਾ ਪਾਇਆ ਜਾਏ, ਪਾਇਆ ਜਾਏ ਜਪਣਾ ਤੇ ਰਾਮ ਰਾਮ ਕਰਨਾ ਰਮੂਆ, ਰਾਮ ਰਮੂਆ ਲਾਇਆ। ਬਿਟਵਾ ਰਾਮ ਰਮੂਗਾ ਲਾਵਾ, ਬਿਟਵਾ ਕੌਣ? ਜਿਹੜਾ ਚੇਲਾ ਬਣਾਇਆ ਸੀ ਮਨ, ਮਨ ਨੇ ਮਤ ਮੰਨ ਲਈ ਸੀ ਨਾ, ਮਨ ਨੂੰ ਚੇਲਾ ਬਣਾ ਲਿਆ, ਰਾਮ ਰਮੂਗਾ ਲਾਇਆ ਸੀ। ਇਹ ਰਾਮ ਰਾਮ ਕਰੇ ਟੈਂ ਟੈਂ ਕਰੀ ਜਾਂਦੇ ਸਾਰਾ ਦਿਨ, ਉਹ ਰਾਮ ਰਾਮ ਨਹੀਂ ਸੀ, ਉਹ ਟੈਂ ਟੈਂ ਸੀ। ਕਹਿੰਦੇ ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ, ਇਹ ਟੈਂ ਟੈਂ ਆ, ਰਾਮ ਰਾਮ ਨਹੀਂ ਹੈ। ਹਾਂਜੀ, ਕਹਿਤ ਕਬੀਰ ਸੁਣੋ ਮੇਰੀ ਮਾਈ, ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ। ਉਹ ਜਿਹੜੀ ਹੁਣ ਵਾਲੀ ਮਾਂ ਹੈ ਉਹਨੂੰ ਕਹਿੰਦਾ, ਜਿਹੜੀ ਹੁਣ ਮਾਤ ਹੈ, ਹੁਣ ਤਾਂ ਮਾਈ ਹੋਰ ਹੈ ਨਾ। ਕਹਿਤ ਕਬੀਰ ਸੁਣੋ ਮੇਰੀ ਮਾਈ, ਕਬੀਰ ਕਹਿੰਦਾ ਆਪਣੀ ਮਾਤ ਨੂੰ, ਇਹਨਾਂ ਨੇ ਕਹਿੰਦਾ ਮੇਰੀ ਜਾਤ ਗਵਾਈ।
ਇਹਨਾਂ ਨੇ ਮੇਰਾ ਆਜਣਾ ਸੀ ਨਾ ਸਾਰਾ ਮਤਲਬ ਹੈ ਮੈਨੂੰ ਹਾਲੋ ਬੇਹਾਲ ਕਰਤਾ ਸੀ ਇਹਨ ਮੁੰਡਿਆਂ ਨੇ ਮੇਰੀ ਯਾਦ ਗਵਾਈ ਇਹਨਾਂ ਨੇ ਮੈਨੂੰ ਮਤਲਬ ਹੈ ਸਾਰੀ ਮੇਰੀ ਜ਼ਿੰਦਗੀ ਵੀ ਬਰਬਾਦ ਕਰਤੀ ਸੀ ਸਾਰੀ ਜ਼ਿੰਦਗੀ ਬਰਬਾਦ ਕਰਤੀ ਸੀ ਇਹਨਾਂ ਇਹਨਾਂ ਸਰਬੁਨੇ ਸਾਧ ਨੇ ਕਬੀਰ ਸੁਣੋ ਮੇਰੀ ਮਾਈ ਇਹਨ ਮੁੰਡਿਆਂ ਨੇ ਮੇਰੀ ਯਾਦ ਗਵਾਈ ਇਹ ਜਿਹੜੇ ਸਰਬੁਨੇ ਸਾਧ ਸੀ ਨਾ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਇਹਨੂੰ ਮਾਲਾ ਫੜਾਈ ਸੀ ਜਿਹੜੇ ਰੋਜ਼ ਗੱਲਾਂ ਬਾਤਾਂ ਕਰਦੇ ਸੀ ਇਹਨਾਂ ਨੇ ਮੈਨੂੰ ਐਸੀ ਸਿੱਖਿਆ ਦਿੱਤੀ ਇਹਨਾਂ ਨੇ ਮੇਰੇ ਅੰਦਰ ਐਸਾ ਭਰਮ ਪੈਦਾ ਕੀਤਾ ਐਸੀਆਂ ਸਾਖੀਆਂ ਸੁਣਾਈਆਂ ਐਸਾ ਅਲਝਾਇਆ ਮੇਰੀ ਸਾਰੀ ਜੀਵਨ ਹੀ ਬਰਬਾਦ ਕਰਤਾ ਸੀ ਇਹਨਾਂ ਨੇ ਇਹ ਤਾਂ ਕੁਦਰਤੀ ਕੋਈ ਐਸੀ ਗੱਲ ਹੋ ਗਈ ਕੋਈ ਐਸਾ ਚਾਂਸ ਹੋ ਗਿਆ ਕਿ ਕੁਛ ਪੂਰਬਲਾ ਭਾਗ ਜਾ ਗਿਆ ਹੈ ਮੇਰਾ ਉਹ ਬੰਦੇ ਜਿਹੜੇ ਸੀ ਮਗਰ ਵਾਲੇ ਉਹਨਾਂ ਦੀ ਗੱਲ 'ਤੇ ਮੈਨੂੰ ਵਿਸ਼ਵਾਸ ਹੋ ਗਿਆ ਉਹ ਵੀ ਗੱਲਾਂ ਕਰਦੇ ਸੀ ਗੱਲਾਂ ਦੋਵੇਂ ਪ੍ਰਕਾਰ ਦੀਆਂ ਚੱਲਦੀਆਂ ਹੁੰਦੀਆਂ ਨੇ ਸੰਸਾਰ 'ਚ ਮੱਤਾਂ ਕਈ ਪ੍ਰਕਾਰ ਦੀਆਂ ਇੱਥੇ ਵੀ ਚੱਲਦੀਆਂ ਨੇ ਆਪਣੀ ਆਪਣੀ ਗੱਲ ਲੋਕ ਕਰਦੇ ਨੇ ਹੁਣ ਤਾਂ ਖੈਰ ਟੈਲੀਵਿਜ਼ਨ ਹੈ ਹੋਰ ਇਸ ਮਤਲਬ ਰਸਾਲੇ ਵੀ ਛਪਦੇ ਨੇ ਉਦੋਂ ਵੀ ਉਦੋਂ ਜ਼ਬਾਨੀ ਗੱਲਾਂ ਕਰਦੇ ਹੁੰਦੇ ਸੀ ਲੋਕ ਕਾਸ਼ੀ ਵਿੱਚ ਆ ਕੇ ਉਹ ਵੀ ਗੱਲਾਂ ਕਰਦੇ ਸੀ ਆਪਣੀਆਂ ਵਾਰਤਾਲਾਪ ਵੀ ਹੁੰਦੇ ਰਹਿੰਦੇ ਸੀ ਇਹ ਧਰਮ ਚਰਚਾ ਅਸਲ 'ਚ ਗੁਰਬਾਣੀ ਧਰਮ ਚਰਚਾ ਇਹ ਕਿਸਮ ਦੀ ਇਹਨੂੰ ਧਰਮ ਚਰਚਾ ਮੰਨ ਕੇ ਚੱਲਣਾ ਹੋ ਇਹ ਅਸਲ 'ਚ ਉਸ ਵੇਲੇ ਭਗਤਾਂ ਨੇ ਇੱਕ ਧਰਮ ਚਰਚਾ ਕੀਤੀ ਹੈ ਦੂਜੇ ਮਤਾਂ ਨਾਲ ਮਤ ਮਤਾਂਤਰਾਂ ਨਾਲ ਧਰਮ ਚਰਚਾ ਕੀਤੀ ਵੀ ਅਸਲੀ ਧਰਮ ਆਹ ਹੈ ਤੁਹਾਡਾ ਜਿਹੜਾ ਆਹ ਗੱਲ ਹੈ ਇਹ ਜਾਇਜ਼ ਨਹੀਂ ਹੈ ਧਰਮ ਚਰਚਾ ਹੀ ਹੈ ਧਰਮ ਚਰਚਾ 'ਚੋਂ ਹੀ ਅਸੀਂ ਕੁਛ ਰਿਜ਼ਲਟ ਕੱਢਣੇ ਧਰਮ ਚਰਚਾ 'ਚੋਂ ਹੀ ਸਿੱਖਿਆ ਲੈਣੀ ਹੈ ਵੀ ਮਾਰਕੀਟ 'ਚ ਆਹ ਵੀ ਚੀਜ਼ ਪਈ ਹੈ ਮਾਰਕੀਟ 'ਚ ਆਹ ਵੀ ਚੀਜ਼ ਪਈ ਹੈ ਮਾਰਕੀਟ 'ਚ ਆਹ ਵੀ ਕੁਛ ਹੋ ਰਿਹਾ ਆਹ ਵੀ ਕੁਛ ਹੋ ਰਿਹਾ ਸਹੀ ਕੀ ਹੈ ਗਲਤ ਕੀ ਗੁਰਬਾਣੀ ਨੇ ਗਲਤ ਨੂੰ ਗਲਤ ਕਿਹਾ ਸਹੀ ਨੂੰ ਸਹੀ ਕਿਹਾ ਇਹ ਪੱਖ ਤਾਂ ਅਸੀਂ ਲੈ ਆਈ ਨਹੀਂ ਗੁਰਬਾਣੀ ਅਸੀਂ ਹੋਰ ਪੱਖ ਲੈ ਲਿਆ ਅਸੀਂ ਉਹਨਾਂ ਦੀ ਨਿੰਦਿਆ ਸ਼ੁਰੂ ਕਰਤੀ ਜਿਹੜਾ ਜਨੇਊ ਪਾਉਂਦੇ ਈਰਖਾ ਸ਼ੁਰੂ ਕਰ ਲਈ ਪੱਖ ਤਾਂ ਸਿਰਫ ਡਿਸਕਸ਼ਨ ਦਾ ਹੀ ਹੈ ਵੀ ਆਹ ਭਾਈ ਪੱਖ ਆਮ ਲੋਕ ਨੇ ਸਾਰੇ ਇੱਕ ਵਿਧਾਇਕ ਸਿਆ ਬਾਰਕਾਂ ਇਹ ਵੀ ਸਾਡੇ ਭਰਾਏ ਨੇ ਤੁਸੀਂ ਇਹਨਾਂ ਨੂੰ ਉਲਟੀ ਗੱਲ ਕਾਹਦੇ ਦੱਸਦੇ ਹੋ ਠੀਕ ਦੱਸੋ ਅਸੀਂ ਆਹ ਦੱਸਦੇ ਹਾਂ ਚੱਲ ਆ ਤਾਂ ਤੁਸੀਂ ਕਹੋ ਸਾਡੇ ਵਾਲੀ ਗਲਤ ਹੈ ਇੱਕੋ ਬਾਪ ਦੀ ਔਲਾਦ ਆ ਆਪਾਂ ਇੱਕ ਥਾਂ ਬੈਠੀ ਆਓ ਤੁਸੀਂ ਵੀ ਆਓ ਇੱਕੋ ਸਟੇਜ 'ਤੇ ਆਪਾਂ ਬਹਿ ਰਹੇ ਸਾਰੇ ਬਈ ਪਬਲਿਕ ਫੈਸਲਾ ਕਰੂਗੀ ਇਸ ਗੱਲ ਸੰਗਤ ਬੜੀ ਹੁੰਦੀ ਹੈ ਫੈਸਲਾ ਕਰੇ ਸੰਗਤ ਤੁਸੀਂ ਆਪਣੀ ਗੱਲ ਦੱਸੋ ਅਸੀਂ ਆਪਣੀ ਦੱਸਦੇ ਦੱਸੋ ਜੀ ਝਗੜਾ ਕਿਹੜੀ ਗੱਲ ਦਾ ਹੈ ਈਰਖਾ ਵਾਲੀ ਇਹਦੇ 'ਚ ਕਿਹੜੀ ਗੱਲ ਹੈ ਆਪੇ ਸੰਗਤ ਫੈਸਲਾ ਕਰ ਦੂਗੀ ਜਿਹੜਾ ਹੋਊਗਾ ਸੰਗਤ ਵਿੱਚ ਸੰਗਤ ਹਰ ਪ੍ਰਭ ਦੱਸਿਆ ਜੀ ਸਾਰੀ ਸੰਗਤ ਬੁਰੀ ਨਹੀਂ ਹੁੰਦੀ ਚੱਲ ਗੱਲ ਸੰਗਤ ਵਿੱਚ ਆ ਜਾਂਦੀ ਹੈ ਉੱਥੇ ਇਨਸਾਫ ਹੱਕ ਦੀ ਗੱਲ ਹੁੰਦੀ ਜਿਹੜੇ ਅੱਗੇ ਰਾਜੇ ਸੀ ਉਹ ਸਾਰੇ ਪਬਲਿਕ 'ਚ ਫੈਸਲੇ ਕਰਦੇ ਸੀ ਹੁਣ ਕਮਰਿਆਂ 'ਚ ਬੰਦ ਕਰਕੇ ਅਦਾਲਤਾਂ 'ਚ ਹੁਣ ਕਿਉਂਕਿ ਫੈਸਲੇ 'ਚ ਉਹਨਾਂ ਨੇ ਆਪਣੀ ਮਰਜ਼ੀ 'ਤੇ ਕਰਨੇ ਨੇ ਅਦਾਲਤਾਂ ਨੇ ਵੀ ਆਪਣੀ ਮਰਜ਼ੀ ਕਰਨੀ ਹੈ ਅਦਾਲਤਾਂ ਨੂੰ ਵੀ ਫੋਨ ਆਉਣੇ ਨੇ ਅਦਾਲਤਾਂ ਦੇ ਵਿੱਚ ਵੀ ਸਾਰੇ ਇਮਾਨਦਾਰ ਨਹੀਂ ਹੈ ਇਮਾਨਦਾਰ ਵੀ ਹੈ ਇਮਾਨਦਾਰ ਨਹੀਂ ਵੀ ਕਰਪਸ਼ਨ ਉੱਥੇ ਵੀ ਹੈ ਕਰਪਸ਼ਨ ਮਿਨਿਸਟਰਾਂ 'ਚ ਵੀ ਹੈ ਕਰਪਸ਼ਨ ਸਰਕਾਰਾਂ 'ਚ ਤਾਂ ਖੈਰ ਹੁੰਦੀ ਉਹ ਹੈ ਜਿੱਥੇ ਆਪਣੀ ਮਰਜ਼ੀ ਕਰਨੀ ਹੈ ਉੱਥੇ ਅਸੀਂ ਪਬਲਿਕ ਨਹੀਂ ਕਰ ਸਕਦੇ ਗੱਲ ਅਤੇ ਗੁਰਦੁਆਰਿਆਂ 'ਚ ਵੀ ਉਹੀ ਕੰਮ ਵਾਲ ਲਿਆ ਇਹਨਾਂ ਨੇ ਬੰਦ ਕਮਰਿਆਂ 'ਚ ਫੈਸਲੇ ਉਹ ਇਹ ਤਾਂ ਸਾਡਾ ਪਰੰਪਰਾ ਹੀ ਨਹੀਂ ਹੈ ਧਰਮ ਚਰਚਾ ਤਾਂ ਹੁੰਦੀ ਉਹ ਪਬਲਿਕ ਦੇ ਵਿੱਚ ਵੇਲਿਆਂ 'ਤੇ ਚਰਚਾ ਕੀਤੀ ਗੁਰੂ ਨਾਨਕ ਨੇ ਜਾ ਕੇ ਪਬਲਿਕ ਸੀ ਪਬਲਿਕ ਦੇ ਵਿੱਚ ਤੁਸੀਂ ਗੱਲ ਕਰੋ ਪਬਲਿਕ ਦੇ ਭਲੇ ਦੀ ਉਹ ਤੁਸੀਂ ਕਰਦੇ ਹੋ ਭਲੇ ਦੀ ਉਹ ਅਸੀਂ ਕਰਦੇ ਹਾਂ ਪਬਲਿਕ ਸਮਝ ਲਓ ਭਲਾ ਕੀ ਹੈ ਭਲਾ ਨਹੀਂ ਹੈ ਦੋਵੇਂ ਭਲੇ ਦੀ ਕਰਦੇ ਹਾਂ ਇਕੱਠੇ ਹੀ ਕਰੀਏ ਆਪਾਂ ਬੈਠ ਕੇ ਟੈਲੀਵਿਜ਼ਨ 'ਤੇ ਹੁੰਡੀ ਕਰਦੇ ਨੇ ਟੈਲੀਵਿਜ਼ਨ 'ਤੇ ਆਪਾਂ ਵਿਰੋਧੀ ਵੀ ਹੁੰਦੇ ਨੇ ਗੱਲਾਂ ਕਰਦੇ ਨੇ ਪਬਲਿਕ ਫੈਸਲਾ ਕਰ ਦਿੰਦੀ ਹੈ ਇਹ ਧਰਮ ਚਰਚਾ ਇੱਦਾਂ ਹੋਣੀ ਚਾਹੀਦੀ ਹੈ ਕਰਦੇ ਕੌਣ ਨਹੀਂ ਹੁੰਦੇ ਜਿਹੜੇ ਝੂਠੇ ਹੁੰਦੇ ਨੇ ਉਹ ਭੱਜ ਜਾਂਦੇ ਨੇ ਉਹ ਕਹਿੰਦੇ ਜੇ ਕੀਤੀ ਆਪਾਂ ਹਾਰ ਜਾਵਾਂਗੇ ਉਹ ਰੌਲਾ ਪਾ ਲੈਂਦੇ ਨੇ ਹੱਥੋਂ ਪਾਈ ਵਾਲਾ ਜਾਂਦੇ ਨੇ ਇਹ ਅੱਜ ਭੱਜ ਜਾਂਦੇ ਨੇ ਉਹ ਸੱਚੇ ਨਹੀਂ ਭੱਜਦੇ ਪਰ ਸਾਡੇ ਤਾਂ ਸੱਚੇ ਹੀ ਇਹ ਕੰਮ ਕਰਨ ਲੱਗ ਗਏ ਧਰਮ ਚਰਚਾ ਇਹਨਾਂ ਨੇ ਬੰਦ ਕੀਤੀ ਹੈ ਸੱਚਿਆਂ ਨੇ ਸੱਚੇ ਕਦੇ ਨਹੀਂ ਬੰਦ ਕਰਦੇ ਝੂਠੇ ਭੱਜਣ
ਸੱਚੇ ਕਹਿੰਦੇ ਭਜਣ। ਅਸਲ 'ਚ ਇਹਨਾਂ ਕੋਲ ਧਰਮ ਹੈ ਉਹ ਨਹੀਂ। ਸੱਚ ਧਰਮ ਤੋਂ ਆਪ ਸਿੱਖ ਭੱਜ ਗਏ, ਸੱਚ ਧਰਮ ਤੋਂ ਭੱਜੇ ਹੋਏ ਕਰਕੇ ਭਕੌੜੇ ਨੇ ਸੱਚ ਧਰਮ ਤੋਂ ਆਪ ਸਾਰੇ। ਉਹ ਵਿਚਾਰ ਵਾਲੇ ਪਾਸਾ ਛੱਡ ਗਏ, ਦੂਏ ਪਾਸੇ ਹਲਾਲਾਲਾ ਵਾਲੇ ਪਾਸੇ ਆ ਗਏ। ਚਾਹੇ ਸਰਸੇ ਵਾਲਾ ਹਲਾਲਾਲਾ, ਉੱਥੋਂ ਗੁਰੂ ਗ੍ਰੰਥ ਸਾਹਿਬ ਚੱਕ ਲਿਆ ਹਲਾਲਾਲਾ, ਹਲਾਲਾਲਾ ਦੇ ਬਿਨਾਂ ਇਹਨਾਂ ਕੋਈ ਵੀ ਕੁਛ ਨਹੀਂ।